ਅੱਜ ਇੱਕ ਨਵਾਂ ਅਪਡੇਟ ਤੁਹਾਡੇ ਤੱਕ ਲੈ ਕੇ ਪਹੁੰਚੇ ਹਾਂ ਸੋ ਸਾਰਿਆਂ ਦਾ ਧੰਨਵਾਦ ਹੈ ਜੀ ਬਹੁਤ-ਬਹੁਤ ਸ਼ੁਕਰੀਆ ਵੱਡੀ ਖਬਰ ਇਸ ਵੇਲੇ ਦੀ ਜੁੜਦੀ ਨਜ਼ਰ ਆ ਰਹੀ ਹੈ ਭਗਵੰਤ ਮਾਨ ਦਾ ਦਿੱਲੀ ਵਾਲਾ ਸਰਕਾਰੀ ਘਰ ਕਰਵਾਇਆ ਜਾਵੇਗਾ ਖਾਲੀ ਜਾਣੋ ਪੂਰਾ ਮਾਮਲਾ ਕੀ ਹੈ ਦਰਸਲ ਦਿੱਲੀ ਦੇ ਵਿੱਚ ਇੱਕ ਸਰਕਾਰੀ ਘਰ ਜਿਹੜਾ ਸੇ ਮਿਲਿਆ ਹੋਇਆ ਸੀ ਭਗਵੰਤ ਮਾਨ ਹੋਰਾਂ ਨੂੰ ਉਹ ਖਾਲੀ ਕਰਵਾਇਆ ਜਾਣਾ ਹੈ ਉਹਦਾ ਮਾਮਲਾ ਕੀ ਹੈ ਅੱਜ ਦੀ ਇਸ ਖਾਸ ਖਬਰ ਦੇ ਵਿੱਚ ਆਪਾਂ ਜਾਣਾਂਗੇ ਸੋ ਸਾਰੇ ਜਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਅੱਜ ਇੱਕ ਨਵਾਂ ਅਪਡੇਟ ਇਸ ਵੇਲੇ ਦਾ ਜੁੜਦਾ ਨਜ਼ਰ ਆ ਰਿਹਾ ਹੈ ਭਗਵੰਤ ਮਾਨ ਦਾ ਦਿੱਲੀ ਵਾਲਾ ਸਰਕਾਰੀ ਘਰ ਖਾਲੀ ਕਰਵਾਇਆ ਜਾਣਾ ਹੈ ਜ਼ਿਕਰਯੋਗ ਹੈ ਕਿ ਉਹਨਾਂ ਨੂੰ ਇਹ ਘਰ ਬਤੌਰ ਸੰਸਦ ਮੈਂਬਰ ਮਿਲਿਆ ਹੋਇਆ ਸੀ ਅਸਤੀਫਾ ਦੇਣ ਮਗਰੋਂ ਵੀ ਇਹ ਘਰ ਖਾਲੀ ਨਹੀਂ ਕੀਤਾ ਗਿਆ ਸੀ ਨੀਮਾ ਮੁਤਾਬਕ ਸੰਸਦ ਮੈਂਬਰ ਦੇ ਅਸਤੀਫਾ ਦੇਣ ਦੇ ਕੁਝ ਸਮੇਂ ਬਾਅਦ ਸਰਕਾਰੀ ਰਹਾਇਸ਼ ਖਾਲੀ ਕਰਨੀ ਹੁੰਦੀ ਹੈ ਪਰ ਭਗਵੰਤ ਮਾਨ ਹੋਰਾਂ ਨੇ ਨਹੀਂ ਕੀਤੀ ਕਿਉਂਕਿ ਕੁਝ ਕਾਰਨ ਰਹੇ ਹੋਣਗੇ ਦੇ ਪਿੱਛੇ ਵੱਡਾ ਮਾਮਲਾ ਜਿਹੜਾ ਕੁਝ ਕਾਰਨ ਰਹੇ ਹੋਣਗੇ ਜਾਂ ਤੇ ਵਿਧਾਨ ਸਭਾ ਦੀਆਂ ਇਲੈਕਸ਼ਨ ਜਿੱਤਣ ਤੋਂ ਬਾਅਦ ਪੰਜਾਬ ਦੇ ਕੰਮਾਂ ਦੇ ਵਿੱਚ ਇੰਨੇ ਜ਼ਿਆਦਾ ਵਿਅਸਤ ਹੋ ਗਏ ਭਗਵੰਤ ਮਾਨ ਕੇ ਉਧਰ ਧਿਆਨ ਹੀ ਨਹੀਂ ਜਾ ਪਾਇਆ ਤੇ ਜਾਂ ਫਿਰ ਉਹਨਾਂ ਨੇ ਜਾਣ ਬੁੱਝ ਕੇ ਇਹ ਖਾਲੀ ਨਹੀਂ ਕੀਤਾ ਇਸ ਵੇਲੇ ਵੱਡੀ ਖਬਰ ਜਿਹੜੀ ਹੈ ਜੁੜਦੀ ਨਜ਼ਰ ਆ ਰਹੀ ਹੈ ਪਰ ਤੁਹਾਨੂੰ ਦੱਸ ਦਈਏ ਮਾਮਲਾ ਜਿਹੜਾ ਉਹ ਇਥੋਂ ਤੱਕ ਪਹੁੰਚ ਚੁੱਕਿਆ ਕਿਉਂਕਿ ਉਹਨਾਂ ਨੂੰ ਨੋਟਿਸ ਜਿਹੜਾ ਕੱਢ ਦਿੱਤਾ ਗਿਆ ਏ ਜਿਸ ਤੇ ਸਰਕਾਰੀ ਘਰ ਖਾਲੀ ਕਰਨ ਦੀ ਗੱਲ ਕਹੀ ਜਾ ਚੁੱਕੀ ਹੈ ਭਗਵੰਤ ਮਾਨ ਇਸ ਦੇ ਉੱਪਰ ਆਪਣਾ ਪ੍ਰਤੀਕਰਮ ਜਿਹੜਾ ਪੇਸ਼ ਕਰਨਗੇ ਕਿਉਂਕਿ ਘਰ ਜਿਹੜਾ ਖਾਲੀ ਕਰਨਾ ਪਏਗਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਮਾਮਲਾ ਜਿਹੜਾ ਸਰਕਾਰੀ ਕੋਠੀਆਂ ਨੂੰ ਲੈ ਕੇ ਬਹੁਤ ਜ਼ਿਆਦਾ ਗਰਮਾਇਆ ਸੀ ਜਿਸ ਦੇ ਉੱਪਰ ਭਗਵੰਤ ਮਾਨ ਨੇ ਆਦੇਸ਼ ਦਿੱਤੇ ਸੀ ਕਿਉਂਕਿ ਪਿਛਲੇ ਜਿਹੜੇ ਮੰਤਰੀ ਰਹੇ ਨੇ ਉਹਨਾਂ ਤੋਂ ਸਰਕਾਰੀ ਘਰ ਤਕਰੀਬਨ ਸਾਰੇ ਖਾਲੀ ਕਰਵਾ ਲਏ ਗਏ ਸੀ ਜਿਸ ਤੇ ਪਗਵੰਤ ਮਾਨ ਸਭ ਤੋਂ ਵੱਡਾ ਐਕਸ਼ਨ ਲਿਆ ਸੀ ਬੀਬੀ ਰਜਿੰਦਰ ਕੌਰ ਪਠੱਲ ਦੀ ਸਰਕਾਰੀ ਕੋਠੀ ਦੇ ਉੱਪਰ ਤੁਹਾਨੂੰ ਦੱਸ ਦਈਏ ਕਿ ਪਿਛਲੀਆਂ ਸਰਕਾਰਾਂ ਨੇ ਬੀਬੀ ਰਜਿੰਦਰ ਕੌਰ ਦੇ ਕੋਲੋਂ ਜਿਹੜਾ ਸੀ ਸਰਕਾਰੀ ਘਰ ਖਾਲੀ ਨਹੀਂ ਸੀ ਕਰਵਾਇਆ ਗਿਆ ਸਰਕਾਰੀ ਕੋਠੀ ਛੁਡਵਾਈ ਨਹੀਂ ਸੀ ਗਈ ਪਰ ਇਹ ਅਜੇਹਾ ਪਹਿਲੀ ਵਾਰ ਹੋਇਆ ਕਿ ਪਗਵੰਤ ਮਾਨ ਸਰਕਾਰ ਆਉਂਦਿਆਂ ਬੀਬੀ ਰਜਿੰਦਰ ਕੌਰ ਪਠੱਲ ਤੋਂ ਸਰਕਾਰੀ ਕੋਠੀ ਖਾਲੀ ਕਰਵਾ ਲਈ ਗਈ ਸੀ ਇਹ ਇੱਕ ਵੱਡਾ ਅਪਡੇਟ ਸੀ ਜੋ ਪੰਜਾਬ ਦੀ ਨਿਊਜ਼ ਦੇ ਵਿੱਚ ਜੁੜਦਾ ਸੀ ਪਰ ਬੀਬੀ ਨੇ ਕੋਠੀ ਖਾਲੀ ਕਰ ਦਿੱਤੀ ਗਈ ਪਰ ਇੱਥੇ ਸਵਾਲ ਇੱਕ ਪੈਦਾ ਹੋ ਜਾਂਦਾ ਹੈ ਕਿ ਮਾਨ ਸਰਕਾਰ ਪੰਜਾਬ ਦੇ ਵਿੱਚ ਦੂਸਰੇ ਵਿਧਾਇਕਾਂ ਤੋਂ ਘਰ ਖਾਲੀ ਕਰਵਾ ਰਹੀ ਹੈ ਪਰ ਆਪਣੀ ਪਾਰਲੀਮੈਂਟ ਦੇ ਮੈਂਬਰ ਮੈਂਬਰ ਆਫ ਪਾਰਲੀਮੈਂਟ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਨੇ ਆਪਣਾ ਹੀ ਸਰਕਾਰੀ ਘਰ ਜੋ ਦਿੱਲੀ ਵਿੱਚ ਮਿਲਿਆ ਹੋਇਆ ਸੀ ਉਹ ਖਾਲੀ ਕਿਉਂ ਨਹੀਂ ਕੀਤਾ ਇਥੇ ਵੱਡਾ ਸਵਾਲ ਹੈ ਕਿਉਂਕਿ ਇੱਕ ਅਨਗੈਲੀ ਦੱਸੀ ਜਾ ਰਹੀ ਹੈ ਇੱਕ ਬਹੁਤ ਵੱਡੀ ਜਿਹੜੀ ਗਲਤੀ ਦੱਸੀ ਜਾ ਰਹੀ ਹੈ ਕਿਉਂਕਿ ਜਦੋਂ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਉਦੋਂ ਘਰ ਵੀ ਖਾਲੀ ਕਰ ਦੇਣਾ ਚਾਹੀਦਾ ਸੀ ਇਹ ਇੱਕ ਵੱਡਾ ਸਵਾਲ ਇਸ ਵੇਲੇ ਦਾ ਜੋ ਜੁੜਦਾ ਨਜ਼ਰ ਆ ਰਿਹਾ ਹੈ ਪਰ ਤੁਹਾਨੂੰ ਦੱਸ ਦਈਏ ਮਾਮਲਾ ਪੂਰਾ ਇਥੋਂ ਤੱਕ ਖਤਮ ਹੋ ਜਾਂਦਾ ਹੈ ਕਿਉਂਕਿ ਹੋ ਸਕਦਾ ਹੈ ਕਿਉਂਕਿ ਜਿਮਨੀ ਚੋਣ ਜਿਹੜੀ ਹੈ ਸੰਗਰੂਰ ਦੇ ਵਿੱਚ ਹੋਣ ਜਾ ਰਹੀ ਹੈ ਜਿੱਥੇ ਕਿ ਸੀਟ ਖਾਲੀ ਹੋ ਚੁੱਕੀ ਹੈ ਮਾਨ ਸਾਹਿਬ ਦੇ ਅਸਤੀਫਾ ਦੇਣ ਤੋਂ ਬਾਅਦ ਹੋ ਸਕਦਾ ਹੈ ਵੀ ਦੁਬਾਰਾ ਤੋਂ ਚੋਣ ਇੱਥੇ ਹੋਵੇ ਤੇ ਦੁਬਾਰਾ ਭਗਵੰਤ ਮਾਨ ਇਥੋਂ ਕਿਸੇ ਨੂੰ ਹੋਰ ਚੋਣ ਲੜਨ ਦੇ ਲਈ ਪਰਿਵਾਰ ਦੇ ਕਿਸੇ ਮੈਂਬਰ ਨੂੰ ਜਾਂ ਫਿਰ ਕਿਸੇ ਦੋਸਤ ਮਿੱਤਰ ਨੂੰ ਪਾਰਟੀ ਦੇ ਕਿਸੇ ਹੋਰ ਮੈਂਬਰ ਨੂੰ ਚੋਣ ਲੜਨ ਦੇ ਲਈ ਚੋਣ ਮੈਦਾਨ ਦੇ ਵਿੱਚ ਉਤਾਰਨ ਪਰ ਉਹੀ ਘਰ ਉਹਨੂੰ ਦਿੱਤਾ ਜਾਣਾ ਹੋਵੇ ਹੋ ਸਕਦਾ ਹੈ ਇਹ ਗੱਲ ਸੋਚੀ ਗਈ ਹੋਵੇ ਪਰ ਪਰ ਇੱਕ ਜਿਹੜਾ ਮਾਮਲਾ ਇੱਥੇ ਸਾਹਮਣੇ ਆਇਆ ਕਿ ਸਰਕਾਰੀ ਘਰ ਖਾਲੀ ਕਿਉਂ ਨਹੀਂ ਕਰਵਾਇਆ ਗਿਆ ਸਵਾਲ ਤੇ ਇੱਥੇ ਇਸ ਚੀਜ਼ ਤੇ ਪੈਦਾ ਹੋ ਜਾਂਦਾ ਹੈ ਕਿਉਂਕਿ ਇੱਕ ਲਗਾਤਾਰ ਮਜ਼ਾਕ ਵੀ ਜਿਹੜਾ ਉਡਾਇਆ ਜਾ ਰਿਹਾ ਇਸ ਕਨਸੈਪਟ ਦਾ ਕੈਪਟਨ ਅਮਰਿੰਦਰ ਸਿੰਘ ਹੋਣ ਤੇ ਜਾਂ ਫਿਰ ਵਿਰੋਧੀ ਪਾਰਟੀਆਂ ਹੋਰ ਦੂਜੀਆਂ ਹੋਣ ਉਨ੍ਹਾਂ ਵੱਲੋਂ ਪੰਜਾਬ ਦੇ ਉੱਪਰ ਸਿਆਸਤ ਦੇ ਉੱਪਰ ਮਜ਼ਾਕ ਵੀ ਉਡਾਇਆ ਜਾ ਰਿਹਾ ਹੈ ਦਿੱਲੀ ਮਾਡਲ ਨੂੰ ਵੀ ਫੇਲ ਕੀਤਾ ਜਾ ਰਿਹਾ ਹੈ ਔਰ ਭਗਵੰਤ ਮਾਨ ਸਰਕਾਰੀ ਘਰ ਨਾ ਖਾਲੀ ਕਰਨ ਦੇ ਉੱਪਰ ਵੀ ਲਗਾਤਾਰ ਸਵਾਲ ਜਿਹੜੇ ਨੇ ਉਠਾਏ ਜਾ ਰਹੇ ਨੇ ਵੱਡਾ ਅਪਡੇਟ ਇਸ ਵੇਲੇ ਦਾ ਜੁੜਦਾ ਨਜ਼ਰ ਆ ਰਿਹਾ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਸਿੱਖਿਆ ਦਾ ਦਿੱਲੀ ਮਾਡਲ ਪੇਸ਼ ਕਰਨ ਦੇ ਦਾਅਵਿਆਂ ਦਾ ਮਜ਼ਾਕ ਉਡਾਇਆ ਹੈ ਖੁੱਲਕੇ ਬੋਲਦੇ ਨਜ਼ਰ ਆਏ ਨੇ ਜਦੋਂ ਕਿ ਅਸਲ ਵਿੱਚ 2021 ਦੀ ਕੌਮੀ ਸਿੱਖਿਆ ਤੇ ਸਰਵੇਖਣ ਪ੍ਰਾਪਤੀ ਵਿੱਚ ਉਹਨਾਂ ਦਿੱਲੀ ਦਾ ਬਹੁਤ ਬੁਰਾ ਪ੍ਰਦਰਸ਼ਨ ਰਿਹਾ ਹੈ ਐਨਏਐਸ 2021 ਦੇ ਅਨੁਸਾਰ ਦਿੱਲੀ ਦਾ ਪੰਜਾਬ ਦੇ ਮੁਕਾਬਲੇ ਵੱਖ-ਵੱਖ ਸ਼੍ਰੇਣੀਆਂ ਵਿੱਚ ਪ੍ਰਦਰਸ਼ਨ ਬਹੁਤ ਹੀ ਬੁਰਾ ਰਿਹਾ ਏ ਸਾਬਕਾ ਮੁੱਖ ਮੰਤਰੀ ਨੇ ਕਾਂਗਰਸ ਪਾਰਟੀ ਤੇ ਵੀ ਨਿਸ਼ਾਨਾ ਸਾਧਿਆ ਜਿਸ ਨੇ 2017 ਤੋਂ ਸਤੰਬਰ 2021 ਦਰਮਿਆਨ ਕੈਪਟਨ ਸਰਕਾਰ ਦੀਆਂ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਉਹਨਾਂ ਨੂੰ ਨਾਂ ਦੇਣ ਦੇ ਚੱਕਰ ਵਿੱਚ ਸਾਰੇ ਕੀਤੇ ਕੰਮਾਂ ਦਾ ਨਕਾਰ ਦਿੱਤਾ ਸੀ ਅਤੇ ਆਪ ਲਈ ਪੰਜਾਬ ਦੀਆਂ ਚੋਣਾਂ ਜਿੱਤਣ ਦਾ ਰਾਹ ਪੱਧਰਾ ਕੀਤਾ ਸੀ ਸਰਵੇ ਦਾ ਹਵਾਲਾ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਨੇ ਨਾ ਸਿਰਫ ਦਿੱਲੀ ਨਾਲੋਂ ਬਹੁਤ ਅੱਛਾ ਪ੍ਰਦਰਸ਼ਨ ਕੀਤਾ ਸਗੋਂ ਸਾਰੇ ਸੂਚਕਾਂ ਤੇ ਰਾਸ਼ਟਰੀ ਔਸਤ ਨਾਲੋਂ ਵੀ ਬਿਹਤਰ ਪ੍ਰਦਰਸ਼ਨ ਕੀਤਾ ਹੈ ਕਿ ਸਿੱਖਿਆ ਦਾ ਸਫਲ ਮਾਡਲ ਇੱਕ ਸਫਲ ਮਾਡਲ ਦੀ ਥਾਂ ਲੈ ਸਕਦਾ ਹੈ ਉਹਨਾਂ ਪੰਜਾਬ ਦੀ ਆਪ ਸਰਕਾਰ ਨੂੰ ਸਵਾਲ ਕੀਤਾ ਜੋ ਪੰਜਾਬ 'ਚ ਦਿੱਲੀ ਮਾਡਲ ਨੂੰ ਪੇਸ਼ ਕਰਨ ਦੀ ਵਾਰ-ਵਾਰ ਗੱਲ ਕਰਦੀ ਹੈ ਕਾਂਗਰਸ ਪਾਰਟੀ ਅਤੇ ਇਸ ਦੇ ਨੇਤਾਵਾਂ ਤੇ ਵਰਦਿਆਂ ਉਹਨਾਂ ਨੇ ਕਿਹਾ ਕਿ ਪਾਰਟੀ ਨੇ ਆਪਣਾ ਨੁਕਸਾਨ ਕਰਨ ਲਈ ਸਭ ਕੁਝ ਕੀਤਾ ਹੈ ਅਤੇ ਅੱਜ ਆਪਣੀ ਹੋਂਦ ਨੂੰ ਬਚਾਉਣ ਲਈ ਮਸ਼ੱਕਤ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਸਾਰੇ ਮੋਰਚਿਆਂ ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਭਾਵੇਂ ਉਹ ਕੋਵਿਡ ਮਹਾਮਾਰੀ ਨਾਲ ਸਫਲਤਾਪੂਰਵਕ ਨਜਿੱਠਣ ਦਾ ਹੋਵੇ ਜਾਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਹੋਵੇ ਸਰਕਾਰ ਪਾਰਟੀ ਨੇ ਜਾਣਬੁੱਝ ਕੇ ਇਹਨਾਂ ਸਾਰੀਆਂ ਪ੍ਰਾਪਤੀਆਂ ਨੂੰ ਨਜ਼ਰਅੰਦਾਜ਼ ਕਰਨ ਦੀ ਚੋਣ ਕੀਤੀ ਇਸ ਦੀ ਬਜਾਏ ਇਹ ਦਾਅਵਾ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਉਨ੍ਹਾਂ ਦੇ ਅਸਤੀਫਾ ਦੇਣ ਤੋਂ ਬਾਅਦ ਸਭ ਕੁਝ 111 ਦਿਨਾਂ ਵਿੱਚ ਹੋ ਗਿਆ ਸੀ ਅਤੇ نتیਜਨ ਉਨ੍ਹਾਂ ਦੀ ਤਬਾਹੀ ਹੋਈ ਹੈ। ਉਨ੍ਹਾਂ ਨੇ ਟਿੱਪਣੀ ਕੀਤੀ ਹੈ, ਵੱਡੇ ਪੱਧਰ ਤੇ ਟਿੱਪਣੀ ਕੀਤੀ ਹੈ ਔਰ ਭਗਵੰਤ ਮਾਨ ਦਾ ਵੀ ਮਜ਼ਾਕ ਉਡਾਇਆ ਹੈ, ਮਾਨ ਸਰਕਾਰ ਦਾ ਮਜ਼ਾਕ ਉਡਾਇਆ ਹੈ ਔਰ ਦਿੱਲੀ ਮਾਡਲ ਦੇ ਉੱਪਰ ਵੀ ਵੱਡੇ ਸਵਾਲ ਜਿਹੜੇ ਨੇ ਖੜੇ ਕੀਤੇ ਨੇ ਔਰ ਭਗਵੰਤ ਮਾਨ ਥੋੜਾ ਨੂੰ ਗੈਰ ਜ਼ਿੰਮੇਵਾਰਾਨਾ ਆਖਦਿਆਂ ਵੱਡੀ ਜਿਹੜੀ ਹੈ ਗੱਲਬਾਤ ਉਹਨਾਂ ਨੇ ਆਖ ਦਿੱਤੀ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਭਗਵੰਤ ਮਾਨ ਆਪਣੇ ਵੱਲੋਂ ਇਸ ਤੇ ਉੱਪਰ ਕੀ ਪ੍ਰਤੀਕਰਮ ਆਪਣਾ ਦੰਦੇ ਨੇ ਜਾਂ ਫਿਰ ਕੀ ਉਹਨਾਂ ਦਾ ਅਹਿਮ ਜਵਾਬ ਹੋਏਗਾ ਇਹ ਤੇ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਸੁ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਸਾਰਿਆਂ ਦਾ ਧੰਨਵਾਦ